ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਐਂਟਰਟੇਨਮੈਂਟ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ, ਤੁਹਾਡਾ ਦੋਸਤ ਅਤੇ ਹੋਸ਼। ਅੱਜ ਤੁਹਾਡੇ ਲਈ ਮੇਜਰ ਅਪਡੇਟ ਲੈ ਕੇ ਆਇਆ ਹਾਂ। ਇਹ ਅਪਡੇਟ ਹੈ ਹਰਫ ਚੀਮਾ ਜੀ ਦੀ। ਜੀ ਹਾਂ ਦੋਸਤੋ, ਹਰਫ ਚੀਮਾ ਜੀ ਨੇ ਆਪਣਾ ਆਉਣ ਵਾਲਾ ਸੌਂਗ ਬਾਰੇ ਸਾਨੂੰ ਦੱਸਿਆ ਹੈ, ਜਿਸ ਦਾ ਨਾਮ ਹੈ ਟਿੱਬਿਆਂ ਵਾਲੇ ਜੱਟ। ਸੋ ਦੋਸਤੋ, ਜਿਵੇਂ ਤੁਹਾਨੂੰ ਪਤਾ ਹੀ ਹੈ, ਉਹਨਾਂ ਦਾ ਪਹਿਲਾ ਸੌਂਗ ਜੱਟਵਾਦ ਬਹੁਤ ਹੀ ਸਕਸੈਸ ਰਿਹਾ ਹੈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਨਵਾਂ ਸੌਂਗ ਲੈ ਕੇ ਆਏ ਹਨ, ਟਿੱਬਿਆਂ ਵਾਲਾ ਜੱਟ, ਜਿਹਦੇ ਵਿੱਚ ਉਹਨਾਂ ਨੇ ਹੀ ਇਹ ਲਿਖਿਆ ਅਤੇ ਗਾਇਆ ਹੈ, ਅਤੇ ਇਹਦੇ ਵਿੱਚ ਰੈਪ ਕੀਤਾ ਹੈ ਕਰਨ ਔਜਲਾ ਜੀ ਨੇ। ਸੋ ਦੋਸਤੋ, ਕਰਨ ਔਜਲਾ ਅਤੇ ਹਰਫ ਚੀਮਾ ਜੀ ਦੀ ਇਹ ਜੋੜੀ ਤੁਹਾਨੂੰ ਬਹੁਤ ਪਸੰਦ ਆਏਗੀ, ਅਤੇ ਇਹਦੇ ਵਿੱਚ ਜਦ ਕਰਨ ਔਜਲਾ ਜੀ ਆ ਗਏ ਹਨ, ਅਤੇ ਤੁਹਾਨੂੰ ਪਤਾ ਹੀ ਹੈ ਦੀਪ ਜੰਡੂ ਜੀ ਵੀ ਇਸਨੂੰ ਮਿਊਜ਼ਿਕ ਦੇ ਰਹੇ ਹਨ। ਸੋ ਦੋਸਤੋ, ਇਹ ਜੋ ਸੌਂਗ ਹੈ ਇਹ ਗੀਤ MP3 ਦੇ ਰੈਕਰਡਸ ਦੇ ਅਧੀਨ ਰਿਲੀਜ਼ ਹੋਏਗਾ 26 ਮਈ ਨੂੰ। ਸੋ ਦੋਸਤੋ, ਕੌਣ ਕੌਣ ਇਸ ਸੌਂਗ ਦਾ ਅਤੇ ਇਸ ਕਲੈਬ ਦਾ ਇੰਤਜ਼ਾਰ ਕਰ ਰਿਹਾ ਹੈ, ਸਾਨੂੰ ਕਮੈਂਟ ਸੈਕਸ਼ਨ ਜਾ ਕੇ ਜ਼ਰੂਰ ਦੱਸਿਓ, ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਾਡੀ ਮਿਲ ਜਾਏ। ਸੋ ਦੋਸਤੋ, ਪਲੀਜ਼ ਸਬਸਕ੍ਰਾਈਬ ਕਰਿਓ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।